ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਵੇਖ ਰਹੇ ਹੋ ਪੰਜਾਬੀ ਖਿੜਕੀ ਅਤੇ ਇਸ ਵਕਤ ਮੈਂ ਖੜ੍ਹਾ ਹੋਇਆ ਜ਼ੂ ਦੇ ਵਿੱਚ। ਇਹ ਜਿਹੜਾ ਜ਼ੂ ਹੈ ਬਠਿੰਡੇ ਦੇ ਨਾਲ ਲੱਗਦਾ ਇੱਕ ਪਿੰਡ ਹੈ ਬੀੜਤਲਾ, ਉਹਦੇ 'ਚ ਇਹ ਜ਼ੂ ਬਣਿਆ ਹੋਇਆ। ਮਿੰਨੀ ਜ਼ੂ ਹੈ ਅਤੇ ਮੇਰੇ ਨਾਲ ਪਵਨ ਸ਼੍ਰੀਧਰ ਜੀ ਨੇ ਜੋ ਕਿ ਇਸ ਜ਼ੂ ਦੇ ਫੋਰੈਸਟ ਰੇਂਜ ਆਫਿਸਰ ਨੇ। ਸਰ, ਤੁਹਾਡਾ ਸਵਾਗਤ ਹੈ ਜੀ। ਹਾਂਜੀ, ਥੈਂਕ ਯੂ ਜੀ, ਥੈਂਕ ਯੂ। ਸਰ, ਜਦੋਂ ਵੀ ਆਪਾਂ ਜ਼ੂ ਦੀ ਗੱਲ ਕਰਦੇ ਹਾਂ, ਸਾਡੇ ਆਪਦੇ ਬਠਿੰਡੇ ਇਲਾਕੇ ਦੇ ਲੋਕ ਵੀ ਚੰਡੀਗੜ੍ਹ ਦੇ ਨਾਲ ਜਿਹੜਾ ਛੱਤਬੀੜ ਹੈ ਉੱਥੇ ਚਲੇ ਜਾਂਦੇ ਆ ਆਪਦੇ ਬੱਚਿਆਂ ਨੂੰ ਲੈ ਕੇ। ਮਤਲਬ ਇਹ ਜਿਹੜਾ ਜ਼ੂ ਹੈ ਕਿਤੇ ਨਾ ਕਿਤੇ ਅਣਦੇਖਿਆ ਰਹਿ ਜਾਂਦਾ ਜਾਂ ਉਹ ਇੱਥੇ ਵਿਜ਼ਿਟ ਨਹੀਂ ਕਰਦੇ, ਅਤੇ ਹੁਣ ਮੌਜੂਦਾ ਸਿਚੁਏਸ਼ਨ ਕਿੱਦਾਂ ਦੀ ਹੈ? ਹਾਂਜੀ, ਤੁਹਾਡੀ ਗੱਲ ਸਹੀ ਹੈ, ਪਰ ਇਹ ਕਾਫੀ 3-4 ਸਾਲ ਪਹਿਲਾਂ ਦੀ ਇਹ ਗੱਲ ਹੈਗੀ ਹੈ ਕਿ ਜਦੋਂ ਸਾਡਾ ਜ਼ੂ ਸੀਗਾ ਉਹ ਅੱਜ ਦੀ ਪੋਜੀਸ਼ਨ ਦੇ ਵਿੱਚ ਆਇਆ। ਪਹਿਲਾਂ ਲੋਕਾਂ ਨੂੰ ਸੀਗਾ ਕਿ ਸਿਰਫ ਛੱਤਬੀੜ ਚੰਡੀਗੜ੍ਹ ਦੇ ਨੇੜੇ ਜੋ ਜ਼ੂ ਹੈਗਾ ਉਹੀ ਇੱਕ ਪੰਜਾਬ 'ਚ ਜ਼ੂ ਹੈ, ਪਰ ਹੁਣ ਆਪਣੇ ਬਠਿੰਡੇ ਏਰੀਏ ਦੇ ਵਿੱਚ ਵੀ ਇਹ ਮਿੰਨੀ ਜ਼ੂ ਕਮ ਡੀਅਰ ਸਫਾਰੀ ਅਸੀਂ ਡਿਵੈਲਪ ਕਰ ਚੁੱਕੇ ਹਾਂ, ਜਿੱਥੇ ਕਿ ਸਾਡੇ ਕੋਲ ਤਕਰੀਬਨ 150 ਏਕੜ ਫੋਰੈਸਟ ਲੈਂਡ ਹੈ ਜੀ। ਅਤੇ ਇਸ ਲੈਂਡ ਦੇ ਵਿੱਚ ਸਾਡੇ ਕੋਲ ਅਲੱਗ ਅਲੱਗ ਕਿਸਮ ਦੀਆਂ ਸਪੀਸੀਜ਼ ਟ੍ਰੀਜ਼ ਦੀਆਂ ਅਤੇ ਐਨੀਮਲਸ ਦੀਆਂ ਹੈਗੀਆਂ, ਠੀਕ ਹੈ, ਜਿਨ੍ਹਾਂ ਨੂੰ ਦੇਖ ਕੇ ਬੱਚੇ ਬਜ਼ੁਰਗ ਅਤੇ ਹੋਰ ਲੋਕ ਹੈਗੇ ਆ ਜਿਹੜੇ ਉਹ ਆਪਣਾ ਇੰਜੋਇਮੈਂਟ ਕਰ ਸਕਦੇ। ਮਤਲਬ ਤੁਹਾਡੇ ਇਸ ਜ਼ੂ ਦੇ ਵਿੱਚ ਉਹ ਆਪਦੀ ਪਿਕਨਿਕ, ਆਪਦਾ ਟੂਰ, ਆਪਦਾ ਟ੍ਰਿਪ ਇੱਕ ਛੋਟਾ ਪਲਾਨ ਕਰ ਸਕਦੇ ਆ। ਅਤੇ ਅਗਰ ਮੈਂ ਗੱਲ ਕਰਾਂ, ਜਦੋਂ ਵੀ ਜ਼ੂ ਦੀ ਗੱਲ ਆਉਂਦੀ ਹੈ ਉਹਦੀ ਮੇਨ ਅਟਰੈਕਸ਼ਨ ਲਾਇਨਸ ਹੁੰਦੇ ਆ, ਸ਼ੇਰ ਹੁੰਦੇ ਆ, ਟਾਈਗਰ ਹੁੰਦੇ ਆ, ਹੈ ਨਾ, ਇਸ ਜ਼ੂ ਦਾ ਉਸ ਦੇ ਉੱਤੇ ਕੀ ਸਟੇਟਸ ਹੈ? ਹਾਂਜੀ, ਸਾਡੇ ਕੋਲ ਜਿਵੇਂ ਬਿੱਗ ਕੈਟਸ ਹੁੰਦੀਆਂ, 4 ਬਿੱਗ ਕੈਟਸ ਹੈ, ਉਹਦੇ ਵਿੱਚੋਂ ਅਸੀਂ ਪਿਛਲੇ ਸਾਲ 3 ਜਿਹੜੇ ਹੈਗੇ ਸਾਡੇ ਕੋਲ ਤੇਂਦੂਏ, ਜਿਨ੍ਹਾਂ ਨੂੰ ਅਸੀਂ ਲੈਪਰਡਸ ਬੋਲਦੇ ਹਾਂ, ਉਹ ਸਾਡੇ ਕੋਲ ਹੈ, ਜਿਨ੍ਹਾਂ ਦੇ ਅਸੀਂ ਪਿਆਰ ਦੇ ਨਾਲ ਨਾਮ ਵੀ ਰੱਖੇ ਹੋਇਆ, ਪੱਪੂ, ਲਵਲੀ ਅਤੇ ਚੀ। ਇਹ ਮੇਨ ਅਟਰੈਕਸ਼ਨ ਹੈ, ਬਹੁਤ ਖੂਬਸੂਰਤ ਹੈ, ਬੱਚੇ ਦੇਖ ਕੇ ਬਹੁਤ ਖੁਸ਼ ਹੁੰਦੇ ਹੈ। ਅਤੇ ਕੈਰਨੀਵੋਰਸ ਦੇ ਵਿੱਚ ਇਹ ਇੱਕ ਇੰਡੇਂਜਰਡ ਸਪੀਸੀ ਹੈ, ਜਿਹਨੂੰ ਬਚਾਉਣ ਦੇ ਲਈ ਸਾਡਾ ਪ੍ਰਯਾਸ ਚੱਲ ਰਿਹਾ ਹੈ ਕਿ ਇਹਨੂੰ ਅਸੀਂ ਸਪੀਸੀ ਨੂੰ ਬਚਾਈਏ। ਅਤੇ ਅਗਰ ਮੈਂ ਪਲਾਂਟ ਸਪੀਸੀ ਦੀ ਗੱਲ ਕਰਾਂ, ਅਗਰ ਪਲਾਂਟਸ ਦੀ ਗੱਲ ਕਰਾਂ, ਬਾਇਓਡਾਇਵਰਸਿਟੀ ਇੱਥੇ ਕਾਫੀ ਦੇਖਣ ਨੂੰ ਮਿਲ ਰਹੀ ਹੈ, ਮਤਲਬ ਹਰ ਤਰ੍ਹਾਂ ਦੇ ਪਲਾਂਟ ਇੱਥੇ ਅਵੇਲੇਬਲ ਹੈ, ਜੋ ਈਵਨ ਜਿਵੇਂ ਬਠਿੰਡਾ ਥੋੜ੍ਹਾ ਰੇਤੀਲਾ ਇਲਾਕਾ, ਉੱਥੇ ਕਈ ਪਲਾਂਟਸ ਗਰੋ ਨਹੀਂ ਕਰਦੇ, ਲੇਕਿਨ ਛੱਤਬੀੜ ਦੇ 'ਚ ਉਹ ਪਲਾਂਟ ਹੈਗੇ ਆ, ਅਤੇ ਉਹ ਕਿੱਦਾਂ ਸਰਵਾਈਵ ਕਰ ਰਹੇ ਹੋ ਪਲਾਂਟ ਇੱਥੇ? ਇਹ ਜਿਹੜਾ ਏਰੀਆ ਹੈਗਾ ਇਹ ਬਹੁਤ ਪੁਰਾਣੀ ਇੱਕ ਬੀੜ ਸੀਗੀ, ਜਿੱਥੋਂ ਦਾ ਏਰੀਆ ਬਹੁਤ ਫਰਟਾਈਲ ਹੈ, ਕਿਉਂਕਿ ਇਹ ਜੰਗਲ ਹੋਣ ਦੇ ਨਾਤੇ ਇੱਥੇ ਜੋ ਵੀ ਜ਼ਮੀਨ 'ਤੇ ਪੱਤੇ ਡੇਗਦੇ ਆ ਜਾਂ ਆਪਣੀ ਨੈਚੁਰਲੀ ਜੋ ਖਾਦ ਬਣਦੀ ਆ ਉਹ ਇੱਥੇ ਹੀ ਰਹਿੰਦੀ ਹੈ, ਅਸੀਂ ਇਸ ਨੂੰ ਛੇੜਦੇ ਨਹੀਂ ਗੇ, ਤਾਂ ਇੱਥੋਂ ਦੀ ਜਿਹੜੀ ਸੋਇਲ ਫਰਟਾਈਲ ਹੋਣ ਕਰਕੇ ਬਹੁਤੀਆਂ ਸਪੀਸੀਜ਼ ਇੱਥੇ ਗਰੋ ਕਰ ਜਾਂਦੀਆਂ। ਅਤੇ ਹੁਣ ਵੀ ਤੁਸੀਂ ਦੇਖਦੇ ਹੋ ਕਿ ਲਸ਼ ਗ੍ਰੀਨ ਜਿਹੜੇ ਹੈਗੇ ਗਰਾਊਂਡਸ ਨੇ, ਤਰ੍ਹਾਂ ਤਰ੍ਹਾਂ ਦੇ ਟ੍ਰੀਜ਼ ਨੇ, ਫੁੱਲਾਂ ਵਾਲੀਆਂ ਬੂਟੇ ਹੈ, ਅਤੇ ਹੋਰ ਵੀ ਕਈ ਕਿਸਮ ਦੇ ਜਿਹੜੇ ਅਸੀਂ ਪਲਾਂਟਸ ਇੱਥੇ ਆਪ ਗਰੋ ਕੀਤੇ। ਜਦੋਂ ਆਪਾਂ ਜ਼ੂ ਦੀ ਗੱਲ ਕਰਦੇ ਹਾਂ, ਕਿਤੇ ਨਾ ਕਿਤੇ ਜ਼ੂ ਦਾ ਜਿਹੜਾ ਮੇਨ ਅਟਰੈਕਸ਼ਨ ਹੈ ਬੱਚੇ ਹੁੰਦੇ ਆ, ਬੱਚਿਆਂ ਦੇ ਸਕੂਲ ਹੁੰਦੇ ਆ, ਕੀ ਇੱਥੋਂ ਦਾ ਸਟਰਕਚਰ ਕੀ ਹੈ, ਜਿਹੜੀ ਤੁਹਾਡੀ ਫੀਸ ਤੁਸੀਂ ਚਾਰਜ ਕਰਦੇ ਹੋ ਬੱਚਿਆਂ ਨੂੰ ਜਾਂ ਇੱਕ ਪ੍ਰਾਈਵੇਟ ਫੈਮਿਲੀ ਜੋ ਤੁਹਾਨੂੰ ਵਿਜ਼ਿਟ ਕਰਦੀ ਹੈ? ਬੜੇ ਨੋਮੀਨਲ ਜੇ ਚਾਰਜ ਰੱਖੇ ਹੋਏ ਹੈ ਜੀ, ਬੱਚਿਆਂ ਦੇ 12 ਸਾਲ ਤੋਂ ਘੱਟ ਬੱਚਿਆਂ ਦੇ ਲਈ ਸਿਰਫ ₹10 ਐਂਟਰੀ ਫੀਸ ਹੈ, ਅਤੇ ਅਡਲਟ ਦੀ ਜਿਹੜੇ ਕਿ 12 ਸਾਲ ਤੋਂ ਉੱਪਰ ਨੇ ਉਹਨਾਂ ਦੇ ਲਈ ਅਸੀਂ ₹20 ਐਂਟਰੀ ਫੀਸ ਰੱਖੀ ਹੈ। ਅਤੇ ਇਸ ਦੇ ਨਾਲ ਹੀ ਉਹਨਾਂ ਦੀ ਇੰਜੋਇਮੈਂਟ ਵਾਸਤੇ ਸਾਡਾ ਡੀਅਰ ਸਫਾਰੀ ਬਣਿਆ ਹੋਇਆ, ਜਿੱਥੇ ਕਿ ਸਾਡੇ ਕੋਲ 5 ਕਿਸਮ ਦੇ ਡੀਅਰਸ ਨੇ, ਜਿਨ੍ਹਾਂ ਦੇ ਵਿੱਚ ਇੰਡੇਂਜਰਡ ਸਪੀਸੀ ਬਲੈਕ ਬੱਕ, ਸਪੋਟਡ ਡੀਅਰ, ਚਿੰਕਾਰਾ ਜਿਨ੍ਹਾਂ ਨੂੰ ਬੋਲ ਦਿੰਦੇ ਹਾਂ, ਅਤੇ ਸਾਡੇ ਕੋਲ ਹੌਗ ਡੀਅਰ ਹੈ, ਅਤੇ ਸਾਂਬਰ ਹੈ, ਅਤੇ ਨਾਲ ਹੀ ਨੀਲ ਗਾਏ ਵੀ ਹੈ, ਜਿਨ੍ਹਾਂ ਨੂੰ ਦੇਖਣ ਦੇ ਲਈ ਅੰਦਰ ਸਾਡੇ ਕੋਲ ਈ ਰਿਕਸ਼ਾ ਜਾਂਦੇ ਆ ਜਿਹੜੇ ਪੋਲਿਊਸ਼ਨ ਫਰੀ ਹੈ, ਅਤੇ ਉਹਦੇ ਵਿੱਚ ਰਾਈਡ ਕਰ ਸਕਦੇ ਆ ਸਾਡੇ ਜਿਹੜੇ ਵਿਜ਼ਟਰ ਨੇ, ਅਤੇ ਬਹੁਤ ਅੱਛਾ ਮਾਹੌਲ ਅੰਦਰ ਉਹਨਾਂ ਨੂੰ ਜੰਗਲ ਦਾ ਕੁਦਰਤੀ ਮਿਲਦਾ। ਅਤੇ ਅਗਰ ਮੈਂ ਸਟਾਫ ਦੀ ਗੱਲ ਕਰਾਂ, ਕਿਉਂਕਿ ਤੁਸੀਂ ਬਹੁਤ ਜ਼ਿਆਦਾ ਵੈਲ ਮੇਨਟੇਨ ਰੱਖਿਆ ਹੋਇਆ, ਜਿਹੜੇ ਗਰਾਸ ਹੈ ਉਹ ਵੀ ਆਪਦੀ ਜਿਹੜੀ ਉਹਦੀ ਪਰਟੀਕੁਲਰ ਲੈਂਥ ਹੈ ਉਹਦੇ ਉੱਤੇ ਜ਼ਿਆਦਾ ਗਰੋ ਨਹੀਂ ਹੋਇਆ, ਕਿੰਨੀ ਟੀਮ ਮੈਂਬਰ ਤੁਹਾਡੇ ਕੋਲ ਇੱਥੇ, ਜੋ ਟੀਮ ਇੱਥੇ ਕੰਮ ਕਰ ਰਹੀ ਹੈ? ਸਾਡੇ ਕੋਲ ਫਿਲਹਾਲ ਜਿਹੜੇ ਰੈਗੂਲਰ ਹੈਗੇ ਆ ਉਹ ਤਾਂ ਮਤਲਬ ਫੋਰੈਸਟ ਗਾਰਡ ਹੈਗੇ ਆ, 4 ਫੋਰੈਸਟ ਗਾਰਡ ਹੈਗੇ ਆ, ਅਤੇ ਬਾਕੀ ਸਾਡੇ ਕੋਲ ਡੇਲੀ ਵੇਜ ਲੇਬਰ ਹੀ ਕੰਮ ਕਰਦੀ ਹੈ। ਉਹ ਡੇਲੀ ਵੇਜ ਲੇਬਰ ਬਹੁਤ ਮਿਹਨਤ ਦੇ ਨਾਲ ਅਤੇ ਬਹੁਤ ਹੀ ਟੈਕਨੀਕਲ ਢੰਗ ਦੇ ਨਾਲ ਮੇਨਟੇਨ ਕਰਨ ਦੇ ਵਿੱਚ ਸਾਡੀ ਮਦਦ ਕਰਦੀ ਹੈ। ਅਸੀਂ ਸਫਾਈ ਦਾ ਵੀ ਬਹੁਤ ਧਿਆਨ ਰੱਖਦੇ ਹਾਂ, ਕਿਉਂਕਿ ਸੈਂਟਰ ਗੌਰਮੈਂਟ ਨੇ, ਸਟੇਟ ਗੌਰਮੈਂਟ ਨੇ ਜਿਹੜਾ ਹੈਗਾ ਸਫਾਈ ਅਭਿਆਨ ਚਲਾਇਆ ਹੋਇਆ, ਅਤੇ ਸਾਡੀ ਵੀ ਕੋਸ਼ਿਸ਼ ਹੁੰਦੀ ਹੈ ਕਿ ਲੋਕਾਂ ਨੂੰ ਅਵੇਅਰ ਕਰੀਏ, ਆਪ ਖੁਦ ਸਫਾਈ
ਸਫਾਈ ਰੱਖੀਏ ਤਾਂ ਹੀ ਲੋਕ ਸਫਾਈ ਰੱਖਣਗੇ। ਅਤੇ ਮੈਂ ਇੱਕ ਗੱਲ ਹੋਰ ਦੱਸ ਦਿਆਂ ਕਿ ਅਗਰ ਤੁਸੀਂ ਬਠਿੰਡੇ ਦੀ ਗਰਮੀ ਤੋਂ ਪਰੇਸ਼ਾਨ ਹੋ ਰਹੇ ਹੋ ਤਾਂ ਇੱਕ ਐਸੀ ਜਗ੍ਹਾ ਲੱਭ ਰਹੇ ਹੋ ਜੋ ਬਠਿੰਡੇ ਦੇ ਬਿਲਕੁਲ ਨੇੜੇ ਹੋਏ ਅਤੇ ਜਿੱਥੇ ਹਰੇਵਾਹੀ ਬਹੁਤ ਜ਼ਿਆਦਾ ਹੋਏ, ਜਿੱਥੇ ਅੱਛੇ ਅੱਛੇ ਪੇੜ ਹੋਣ, ਅਤੇ ਤੁਹਾਨੂੰ ਇੱਥੇ ਤੁਹਾਡੇ ਬੱਚਿਆਂ ਦੇ ਲਈ ਕਾਫੀ ਜ਼ਿਆਦਾ ਜੋ ਐਨੀਮਲਸ ਹੈ ਉਹ ਵੀ ਦੇਖਣ ਨੂੰ ਮਿਲ ਸਕਦੇ ਆ, ਤਾਂ ਜਿਹੜਾ ਬੀੜ ਤਲਾ ਹੈ ਇਹ ਇੱਕ ਵਧੀਆ ਆਪਸ਼ਨ ਰਹੂਗਾ। ਪਵਨ ਜੀ, ਤੁਸੀਂ ਸਾਡੇ ਨਾਲ ਗੱਲਬਾਤ ਕੀਤੀ, ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ, ਥੈਂਕ ਯੂ। ਅਗਲੀ ਵਾਰ ਨਵੀਂ ਸ਼ਖਸੀਅਤ ਨਾਲ ਫਿਰ ਹਾਜ਼ਰ ਹੋਵਾਂਗੇ। ਤੁਸੀਂ ਵੇਖਦੇ ਰਹੋ ਪੰਜਾਬੀ ਖਿੜਕੀ।